तुझ बिन कवन हमारा, मेरे प्रीतम प्राण आधारा। तुझ बिन कवन प्रीतम, मेरे प्रीतम प्राण आधारा, मेरे प्रीतम, मेरे प्रीतम प्राण आधारा। तुझ बिन कवन हमारा, मेरे प्रीतम प्राण ਕੇਵਲ ਰਸਨਾ ਤੋਂ ਨਾ ਨਿਕਲਣ। ਸਤ ਸੰਗਤ ਜੀ, ਧੁਨ ਪਿਆਰੀ ਹੈ, ਸ਼ਬਦ ਦੇ ਬੋਲ ਪਿਆਰੇ ਨੇ, ਬੰਦਾ ਝੂਮ ਰਿਹਾ ਇੱਦਾਂ ਝੂਮ ਰਿਹਾ। ਓਹੋ ਕਿਆ ਬਾਤ ਹੈ, ਕਿਆ ਸ਼ਬਦ ਲਾਇਆ ਜੀ, ਮਜ਼ਾ। ਇਹ ਬੋਲ ਖਾਲੀ ਝੂਮਣ ਵਾਸਤੇ ਨਹੀਂ, ਖਾਲੀ ਬੋਲਣ ਵਾਸਤੇ ਨਹੀਂ, ਇਹ ਬੋਲਾਂ 'ਚ ਸਾਸਕ ਜ਼ਿੰਦਗੀ ਮਾਣੀ ਹੈ। ਆਪਾਂ ਆਖੋ ਸਤਨਾਮ, ਜ਼ਿੰਦਗੀ ਮਾਣੀ ਹੈ ਇਹਨਾਂ ਬੋਲਾਂ 'ਤੇ। ਜ਼ਿੰਦਗੀ ਨੂੰ ਤੋਰੀਏ ਇਹਨਾਂ ਬੋਲਾਂ 'ਤੇ। ਤੁਝ ਬਿਨ ਕਵਨ ਹਵਾ, ਮੇਰੇ ਪ੍ਰੀਤਮ ਪ੍ਰਾਣ ਆਧਾਰ, ਮੇਰੇ ਪ੍ਰਾਣਾਂ ਦੇ ਆਧਾਰ ਮੇਰੇ ਪ੍ਰੀਤਮ, ਤੇਰੇ ਤੋਂ ਬਿਨਾਂ ਮੇਰਾ ਕੌਣ। ਇਹ ਬੋਲ ਕੌਣ ਬੋਲ ਸਕਦਾ ਹੈ, ਤੇਰੇ ਤੋਂ ਬਿਨਾਂ ਮੇਰਾ ਕੌਣ। ਸਤ ਸੰਗਤ ਜੀ, ਜਿਹਦੇ ਆਸਰੇ ਹੀ ਬੜੇ ਹੋਣ, ਜਿਹਨੂੰ ਆਸਰੇ ਹੀ ਬੜੇ, ਸਾਧ ਸੰਗਤ ਮੈਨੂੰ ਉਹਦੇ 'ਤੇ ਵੀ ਆਸਰਾ, ਉਹਦੇ 'ਤੇ ਵੀ ਆਸਰਾ, ਉਹਦੇ 'ਤੇ। ਹਿਰਦੇ ਤੋਂ ਬੋਲ ਫਿਰ ਉਹਦੇ ਲਈ ਸਾਧ ਸੰਗਤ, ਇਹ ਹਿਰਦੇ ਤੋਂ ਬੋਲ ਨਹੀਂ ਨਿਕਲਣਗੇ। ਇਹ ਦੁਨੀਆਂ ਦੇ ਵਿੱਚ ਵਿਚਰਦਿਆਂ ਕਈ ਵਾਰੀ ਆਪਾਂ ਆਸ਼ਰਿਤ ਹੁੰਦੇ ਹਾਂ ਕਈਆਂ ਦੇ ਉੱਪਰ, ਕਈਆਂ 'ਤੇ ਸਾਨੂੰ ਮਾਣ ਰੱਖਣਾ ਪੈਂਦਾ। ਪਰ ਯਕੀਨ ਜਾਣਨਾ, ਪਹਿਲ ਨੰਬਰ ਦੇ ਉੱਪਰ ਆਪਣੇ ਗੁਰੂ ਨਾਨਕ ਨੂੰ ਰੱਖਿਓ, ਪਹਿਲ ਨੰਬਰ ਦੇ ਉੱਪਰ ਸਤਸੰਗਤ ਆਪਣੇ ਵਾਹਿਗੁਰੂ ਨੂੰ ਰੱਖਿਓ, ਆਪਣੇ ਇਸ਼ਟ ਨੂੰ ਰੱਖਿਓ। ਦੂਲ ਨੰਬਰ ਦੇ ਉੱਪਰ, ਦੂਜੇ ਨੰਬਰ ਦੇ ਉੱਪਰ ਫਿਰ ਸਾਰੇ।
ਜਦੋਂ ਕੋਈ ਭੀੜ ਪੈਂਦੀ ਹੈ ਸੱਚ ਦੱਸਿਓ ਧਿਆਨ ਕੌਣ ਆਉਂਦਾ ਹੈ? ਜਦੋਂ ਕੋਈ ਭੀੜ ਪੈਂਦੀ ਹੈ ਧਿਆਨ ਕੌਣ ਆਉਂਦਾ? ਸਭ ਤੋਂ ਪਹਿਲੇ ਧਿਆਨ ਆਉਂਦਾ ਫਲਾਣਾ ਬੰਦਾ, ਫਲਾਣਾ ਬੰਦਾ, ਫਲਾਣਾ ਬੰਦਾ, ਉਹ ਮੈਨੂੰ ਕੱਢ ਲਏਗਾ, ਉਹ ਮੈਨੂੰ ਕੱਢ ਲਏਗਾ, ਉਹ ਮੈਨੂੰ ਬਚਾ ਲਏਗਾ, ਉਹ ਮੈਨੂੰ ਕਰ ਲਏਗਾ। ਕਿਉਂ ਕਿਉਂ ਧਿਆਨ ਆਇਆ? ਕਿਉਂਕਿ ਉਹਨਾਂ 'ਤੇ ਆਸਰਾ ਰੱਖ ਕੇ ਬੈਠੇ ਹੋਏ ਸੀ ਆਪਾਂ, ਆਸਰਾ ਰੱਖ ਕੇ ਬੈਠੇ। ਇੱਕ ਤਾਂ ਪ੍ਰਤੀਤ ਹੀ ਨਹੀਂ ਹੈ ਸਾਨੂੰ, ਉਹ ਇੱਕ ਵੱਲ ਅਸੀਂ ਤਾਂ ਆਉਂਦੇ ਹਾਂ ਜਦੋਂ ਸਾਰਿਆਂ ਦੇ ਹੱਥ ਖੜੇ ਹੋ ਜਾਂਦੇ ਨੇ, ਆ ਲਓ ਜੀ ਮੇਰੇ ਹੱਥ ਖੜੇ, ਨਹੀਂ ਬਈ ਮੈਂ ਨਹੀਂ ਕਰ ਸਕਦਾ, ਨਹੀਂ ਬਈ ਮੈਂ ਨਹੀਂ ਬੋਲ ਸਕਦਾ, ਨਹੀਂ। ਫਿਰ ਯਾਦ ਆਉਂਦਾ ਪਿਆਰਾ, ਫਿਰ ਦੌੜਦੇ ਹਾਂ, ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਕਵਨ ਹਮਾਰਾ ਬੋਲਦੇ ਆਉਂਦੇ, ਏਦਾਂ ਝੂੰਬਦੇ ਫਿਰਦੇ ਆ ਜਾਂਦੇ। ਜਿਹਨੇ ਵਾਕਈ ਸਾਧ ਸੰਗਤ ਆਪਣੇ ਗੁਰੂ ਨਾਨਕ ਨੂੰ ਪ੍ਰੀਤਮ ਬਣਾਇਆ, ਕੋਈ ਔਖੀ ਘੜੀ ਆਉਂਦੀ ਪਹਿਲਾ ਆਸਰਾ ਗੁਰੂ ਨਾਨਕ ਦਾ, ਗੁਰੂ ਨਾਨਕ ਦੀ ਬਾਣੀ ਦਾ ਤੱਕਦਾ ਹੈ। ਆਖੋ ਸਤਨਾਮ ਸੱਚ ਜੀ। ਵਰਤਣਾ ਗੁਰੂ ਨਾਨਕ ਨੇ ਉਹਨਾਂ ਵਿੱਚੋਂ ਹੀ ਹੈ ਜਿਨ੍ਹਾਂ 'ਤੇ ਤੂੰ ਆਸਰਾ ਰੱਖਿਆ ਸੀ। ਹੋ ਸਕਦਾ ਹੈ ਕਿ ਉਹਨਾਂ ਦਾ ਮਨ ਬਦਲ ਜਾਂਦਾ, ਉਹ ਤੇਰੇ ਲਈ ਨਾ ਖੜਦੇ, ਪਰ ਹੁਣ ਤੂੰ ਵਿੱਚ ਪਾ ਲਿਆ ਗੁਰੂ ਨਾਨਕ ਨੂੰ, ਤੇ ਗੁਰੂ ਨਾਨਕ ਨੇ ਆਪੇ ਕੋਈ ਵਿਧ ਬਣਾ ਦੇਣੀ, ਆਪੇ ਵਿਧ ਬਣਾ ਦੇਣੀ। ਕੋਈ ਭੀੜ ਆ ਗਈ, ਉਹੀ ਬੰਦਾ ਸਭ ਤੋਂ ਪਹਿਲਾ ਆਸਰਾ ਗੁਰੂ ਨਾਨਕ ਦਾ, ਗੁਰੂ ਨਾਨਕ ਦੀ ਬਾਣੀ ਦਾ ਤੱਕਦਾ ਹੈ, ਜਿਹਨੇ ਗੁਰੂ ਨਾਨਕ ਨੂੰ ਹਿਰਦੇ 'ਚ ਪਾਇਆ, ਜਿਹਨੇ ਬੰਦਿਆਂ ਨੂੰ ਹਿਰਦੇ 'ਚ ਵਸਾਇਆ। MLA ਫਲਾਣਾ ਮੇਰਾ ਰਿਸ਼ਤੇਦਾਰ, MP ਮੇਰਾ ਫਲਾਣਾ ਰਿਸ਼ਤੇਦਾਰ, ਉਹ ਮੇਰੇ ਨਾਲ, ਉਹ ਮੇਰੇ ਨਾਲ, ਉਹ ਮੇਰੇ। ਸਾਹਿਬ ਕਹਿੰਦੇ ਸੁਣ ਮੇਰੀ ਗੱਲ, ਜਦੋਂ ਔਖਾ ਸਮਾਂ ਆਇਆ ਹੀ ਸਭ ਤੋਂ ਪਹਿਲੇ ਇਹ ਦੌੜਨਗੇ ਨਹੀਂ। ਆਖੋ ਸਤਨਾਮ। ਇਹ ਦੌੜਨ ਜਾਂ ਕੋ ਮੁਸ਼ਕਲ ਅਤ ਬਨੈ ਢੋਈ, ਹਰ ਬੰਦਾ ਆਪਣੇ ਮਤਲਬ ਦਾ ਯਾਰ ਹੈ। ਜਾਂ ਕੋ ਮੁਸ਼ਕਲ ਅਤ ਬਨੈ ਢੋਈ, ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣ ਸਾਖ ਵੀ ਭੱਜ ਖੜੇ, ਸਭੋ ਭੱਜੇ ਆਸਰਾ ਚੂਕੇ ਸਭ ਆਸਰਾਓ। ਕਹਿੰਦੇ ਇੱਕ ਦਾ ਆਸਰਾ ਤੱਕਿਆ ਚਿੱਤ ਆਵੇ ਉਸ ਪਾਰ ਬ੍ਰਹਮ ਲਗੈ ਨਾ ਤੱਤੀ, ਪਹਿਤੇ ਸੱਟੇ ਪਹਿਲੇ ਹੱਲੇ ਹੀ ਸਾਧ ਸੰਗਤ ਗੁਰੂ ਨਾਨਕ ਨੂੰ ਵਿੱਚ ਪਾ ਲਓ, ਬਾਣੀ ਨੂੰ ਵਿੱਚ ਪਾ ਲਓ। ਪਰ ਕੌਣ ਪਾਏਗਾ, ਕੌਣ ਪਾਏਗਾ? ਜਿਹੜਾ ਸਮਰਪਿਤ ਹੋਇਆ ਹੋਏਗਾ, ਜਿਹਦੇ ਹਿਰਦੇ 'ਚ ਗੁਰੂ ਨਾਨਕ ਬੈਠੇ ਹੋਣਗੇ। ਆਪਾਂ ਕਹਿ ਰਹੇ ਹਾਂ ਤੁਝ ਬਿਨ ਕਵਨ ਹਮਾਰਾ, ਮੇਰਾ ਕੌਣ ਹੈ ਤੇਰੇ ਤੋਂ ਬਿਨਾਂ? 3600 ਯਾਰ ਸਾਡੇ ਸਾਧ ਸੰਗਤ, ਆਪਾਂ ਇਹ ਕਹਿੰਦੇ ਹਾਂ ਤੁਝ ਬਿਨ ਕਵਨ ਹਮਾਰਾ, ਉਹਦੇ 'ਤੇ ਵੀ ਆਸਰਾ, ਉਹਦੇ 'ਤੇ ਵੀ ਆਸਰਾ, ਉਹਦੇ 'ਤੇ ਵੀ ਆਸਰਾ। ਇਹ ਦਰ ਨੇ ਆਸਰਿਆਂ ਦਾ ਆਸਰਾ ਹੈ। ਆਖੋ ਸਤਨਾਮ। ਮੇਰਾ ਕੋਈ ਆਸਰਾ ਨਹੀਂ ਗੁਰੂ ਨਾਨਕ ਸਾਹਿਬ, ਮੇਰੇ ਆਸਰੇ ਤੁਸੀਂ ਹੋ, ਮੈਂ ਸਮਰਪਿਤ ਤੁਹਾਡੇ ਚਰਨਾਂ 'ਚ। ਆਖੋ ਸਤਨਾਮ। ਮੈਂ ਸਮਰਪਿਤ ਤੁਹਾਡੇ ਚਰਨ। ਜਦੋਂ ਦੁਸ਼ਾਸਨ ਖਿੱਚ ਕੇ ਲਿਆਇਆ ਵਾਲਾਂ ਤੋਂ ਦਰੋਪਦੀ, ਫਰਮਾਨ ਜਾਰੀ ਹੋ ਗਿਆ ਵਸਤਰ ਉਤਾਰ ਦਿੱਤੇ ਜਾਣ,
ਹੁਣ ਆਸਰਾ ਤੱਕਿਆ ਜੀ, ਉਹਨੇ ਕਿਹਾ ਸਭ ਤੋਂ ਪਹਿਲੇ ਤੱਕਿਆ ਦਰੋਣਾਚਾਰੀ, ਗੁਰੂ ਦਰੋਣਾਚਾਰੀ, ਇਹ ਗੁਰੂ ਨੇ, ਇਹਨਾਂ 'ਤੇ ਹੁੰਦਿਆਂ ਇਹ ਅਧਰਮ ਕਿਵੇਂ ਹੋ ਸਕਦਾ। ਸਿਰ ਸੁੱਟ ਦਿੱਤਾ ਜੀ, ਕੁਝ ਨਹੀਂ ਕੀਤਾ। ਫਿਰ ਤੱਕਿਆ ਜੀ ਆਪਣੇ ਪਾਂਡਵਾਂ ਦਾ, ਇੱਕ ਇੱਕ ਪਾਂਡਵ ਦੇ ਕੋਲ ਕਿੱਡੀ ਕਿੱਡੀ ਸ਼ਕਤੀ, ਸਾਰਿਆਂ ਨੇ ਸਿਰ ਸੁੱਟ ਦਿੱਤਾ। ਸਾਰਿਆਂ ਦਾ ਜਦੋਂ ਆਸਰਾ ਤੱਕਿਆ, ਮੈਂ ਛੋਟੀ ਜਿਹੀ ਗੱਲ ਕਰ, ਹੁਣ ਸਮਝ ਲੱਗੀ ਕਿ ਜਿਹਦਾ ਮੈਂ ਆਸਰਾ ਤੱਕਣਾ ਸੀ ਉਹਦਾ ਤਾਂ ਆਸਰਾ ਤੱਕਿਆ ਹੀ ਨਹੀਂ। ਆਖੋ ਸਾਧਨਾ ਸ਼੍ਰੀ ਕ੍ਰਿਸ਼ਨ ਜੀ ਦਾ। ਹੁਣ ਜਦੋਂ ਸ਼੍ਰੀ ਕ੍ਰਿਸ਼ਨ ਜੀ ਨੂੰ ਧਿਆਇਆ ਉਹਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੰਦਰ ਸੁਭਾ ਦੁਸ਼ਾਸਨ ਹੈ, ਮੱਥੇ ਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪਚਾਲੀ ਬਾਂਦੀ, ਪੰਜੇ ਪਾਂਡਵ ਵੇਖਦੇ ਔਕਟ ਰੁੱਦੀ ਨਾਰ ਜਿਨ੍ਹਾਂ ਦੀ, ਹੱਥ ਮਰੋਰਨ ਸਿਰ ਤੁਰਨ ਪਛੋਤਾਨ ਕਰਨ ਜਾ ਜਾਂਦੀ। ਕਹਿੰਦੇ ਅੱਖੀ ਮੀਟ ਧਿਆਨ ਧਰ, ਹਾਹਾ ਕ੍ਰਿਸ਼ਨ ਕਰੈ ਵਿਰਲਾਂਦੀ, ਕੱਪੜ ਕੋਟ ਉਸਾਰੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪੂਰੀ ਪੌੜੀ ਲਿਖੀ ਹੈ, ਕਹਿੰਦੇ ਕੱਪੜ ਕੋਟ ਉਸਾਰੀਆਂ, ਥੱਕੇ ਦੂਤ ਨਾ ਪਾਰ ਵਸਾਂਦੀ, ਘਰ ਆਈ ਠਾਕੁਰ ਮਿਲੇ। ਹੁਣ ਹੱਥ ਜੋੜੇ ਤੇ ਧਿਆਨ ਕੀਤਾ ਸ਼੍ਰੀ ਕ੍ਰਿਸ਼ਨ ਜੀ ਦਾ, ਹਾਹਾ ਕ੍ਰਿਸ਼ਨ ਕਰੈ ਵਿਲ ਲਾਂਦੀ, ਕ੍ਰਿਸ਼ਨ ਕ੍ਰਿਸ਼ਨ ਕਰੀ ਜਾਵੇ, ਕ੍ਰਿਸ਼ਨ ਕ੍ਰਿਸ਼ਨ ਕਰੀ ਜਾਵੇ। ਹੁਣ ਜਦੋਂ ਸਾਧ ਸੰਗਤ ਕ੍ਰਿਸ਼ਨ ਜੀ ਦਾ ਧਿਆਨ ਧਰਿਆ, ਉੱਧਰ ਕੱਪੜ ਕੋਟ ਉਸਾਰੀਆਂ, ਕਰੋੜਾਂ ਮੀਟਰ ਕੱਪੜਾ ਉਤਾਰਤਾ ਗਿਆ, ਕੱਪੜ ਕੋਟ ਉਸਾਰੀਆਂ, ਉਤਾਰੀ ਜਾ ਰਹੇ ਉਤਾਰੀ, ਕੱਪੜਾ ਹੀ ਨਹੀਂ ਮੁੱਕਦਾ ਪਿਆ, ਕੱਪੜ ਕੋਟ ਉਸਾਰੀਆਂ, ਥੱਕੇ ਦੂਤ ਨਾ ਪਾਰ ਵਸੰਤ, ਦੂਤ ਥੱਕ ਗਏ, ਉਹ ਵਸਤਰ ਦਾ ਪਰਲਾ ਕੰਡਾ ਨਹੀਂ ਆ ਰਿਹਾ, ਉਤਰੀ ਜਾ ਰਿਹਾ ਵਸਤਰ, ਵਸਤਰ ਉਤਰੀ ਜਾ ਰਿਹਾ, ਖਤਮ ਹੀ ਨਹੀਂ ਹੋ ਰਿਹਾ। ਥੱਕੇ ਦੂਤ ਨਾ ਪਾਰ ਵਸਾਂਦੀ, ਥੱਕ ਹਾਰ ਗਏ, ਪੱਲੇ ਕੱਖ ਨਾ ਪਿਆ ਉਹਨਾਂ ਦੇ ਸਾਥ, ਹੱਥ ਮਰੋਰਨ ਸਿਰ ਤੁਰਨ ਪਛੋਤਾਨ ਕਰਨ ਜਾ ਜਾਂਦੀ। ਹੁਣ ਪਛਤਾਵਾ ਹੱਥ 'ਚ ਰਹਿ ਗਿਆ ਵੀ ਆਹ ਸਟੈਪ ਵੀ ਚੱਕ ਲਿਆ ਅਤੇ ਨਤੀਜਾ ਵੀ ਕੁਝ ਨਾ ਨਿਕਲਿਆ। ਹੁਣ ਜਦੋਂ ਘਰ ਆਈ, ਬੂਹਾ ਖੋਲਿਆ, ਸਤਸੰਗ ਅੱਗੇ ਖੜੇ ਨੇ, ਕ੍ਰਿਸ਼ਨ ਜੀ ਆਖੋ ਸਤਨਾਮ, ਚਰਨਾਂ 'ਤੇ ਡਿੱਗੀ, ਪਹਿਲੇ ਕੀਤਾ ਸ਼ੁਕਰਾਨਾ ਕਿ ਕੇਸ਼ਵ ਮੈਨੂੰ ਤੂੰ ਰੱਖ ਲਿਆ, ਫਿਰ ਕੀਤਾ ਨੋਰਾ, ਕਹਿੰਦੇ ਮੈਨੂੰ ਦੱਸ, ਤੈਨੂੰ ਨਹੀਂ ਪਤਾ ਸੀ ਕਿ ਮੇਰੀ ਇੱਜ਼ਤ ਦਾਅ 'ਤੇ ਲੱਗੀ। ਕ੍ਰਿਸ਼ਨ ਜੀ ਕਹਿੰਦੇ ਪਤਾ ਸੀ, ਫਿਰ ਐਡੀ ਦੇਰ ਬਾਅਦ ਕਿਉਂ ਬੋਲੇ ਹੋ, ਪਹਿਲੇ ਕਿਉਂ ਨਹੀਂ? ਕਹਿੰਦੇ ਦਰੋਪਦੀ ਕੀ ਕਰਾਂ, ਪਹਿਲੇ ਤੂੰ ਆਸਰਾ ਉਹਦਾ ਤੱਕ ਲਿਆ, ਉਹਦਾ ਤੱਕ ਲਿਆ, ਉਹਦਾ ਤੱਕ, ਜਦੋਂ ਫਰਮਾਨ ਜਾਰੀ ਹੋਇਆ ਨਾ ਵਸਤਰ ਉਤਾਰਤੇ ਜਾਣ, ਕਹਿੰਦੇ ਮੈਂ ਤਾਂ ਉਦੋਂ ਹੀ ਤੁਰ ਪਿਆ ਸੀ, ਪਰ ਕੀ ਕਰਾਂ, ਆਸਰਾ ਤੂੰ ਪਾਂਡਵਾਂ ਦਾ ਤੱਕ ਲਿਆ। ਜਦੋਂ ਉਹਨਾਂ ਨੇ ਸਿਰ ਸੁੱਟਿਆ, ਕਹਿੰਦੇ ਫਿਰ ਮੈਂ ਤੁਰਿਆ, ਤੂੰ ਆਸਰਾ ਗੁਰੂ ਦਰੋਣਾਚਾਰੇ ਦਾ ਰੱਖ ਲਿਆ, ਫਿਰ ਮੈਂ ਤੁਰਿਆ, ਫਿਰ ਤੂੰ ਆਸਰਾ ਕਿਸੇ ਹੋਰ ਦਾ ਤੱਕ ਲਿਆ। ਕਹਿੰਦੇ ਮੈਂ ਵੀ ਕੀ ਕਰਦਾ, ਜਦੋਂ ਤੂੰ ਕ੍ਰਿਸ਼ਨ ਕ੍ਰਿਸ਼ਨ ਮੈਨੂੰ ਪੁਕਾਰਨਾ ਸ਼ੁਰੂ ਕੀਤਾ, ਕਹਿੰਦੇ ਫਿਰ ਮੈਨੂੰ ਆਉਣਾ ਪਿਆ, ਆਖੋ ਸਤਨਾਮ, ਫਿਰ ਮੈਨੂੰ ਆਉਣਾ ਪਿਆ। ਇਹ ਦੁਆਬਰ ਦੀ ਬਾਤ, ਇਹ ਦੁਆਬਰ ਦੀ ਬਾਤ। ਕਲਯੁਗ 'ਚ ਆ ਜਾਓ ਸਾਧ ਸੰਗਤ, ਕਲਯੁਗ ਪ੍ਰਮਾਣ ਨਾਨਕ ਗੁਰੂ, ਆਖੋ ਸਤਨਾਮ,
ਕਲਯੁਗ ਪ੍ਰਮਾਣ ਨਾਨਕ। ਸਿੱਧਾ ਹੀ ਆਵਾਜ਼ ਗੁਰੂ ਨਾਨਕ ਨੂੰ ਮਾਰ ਦਈਏ, ਜੇ ਸਿੱਧਾ ਹੀ ਆਵਾਜ਼ ਦ੍ਰੋਪਦੀ ਨੇ ਮਾਰਤੀ ਹੁੰਦੀ ਕ੍ਰਿਸ਼ਨ ਜੀ ਨੂੰ, ਕਿਸੇ ਦਾ ਆਸਰਾ ਤੱਕਣ ਦੀ ਲੋੜ ਨਹੀਂ ਸੀ, ਸਿੱਧਾ ਆਸਰਾ ਇੱਕਦਮ। ਸਿੱਧਾ ਗੁਰੂ ਨਾਨਕ ਨੂੰ ਆਵਾਜ਼ ਮਾਰ ਦਈਏ, ਸਾਧ ਸੰਗਤ ਬੋੜੀ ਕਰਦੇ ਨੇ, ਪਰ ਕਰੀਏ ਕੀ? ਮੈਨੂੰ ਬਖਸ਼ ਲੈਣਾ, ਮੈਂ ਪੰਜਾਬੀ ਦਾ ਇੱਕ ਲਫ਼ਜ਼ ਕਿਹਾ, ਸਾਡੇ ਤਾਂ ਖਸਮ ਹੀ ਬੜੇ, ਕਦੇ ਇਹਦੇ 'ਤੇ ਆਸਰਾ ਤੱਕ ਕੇ ਬੈਠੇ, ਕਦੇ ਉਹਦੇ 'ਤੇ ਆਸਰਾ ਤੱਕ ਕੇ ਬੈਠੇ, ਉਹ ਬੋੜੇਗਾ, ਉਹ ਬੋੜੇਗਾ, ਉਹ ਬੋੜੇਗਾ, ਕੋਈ ਨਾ ਬੋੜਿਆ, ਫਿਰ ਆਇਆ ਗੁਰੂ ਨਾਨਕ ਚੇਤੇ, ਆਖੋ ਸਾਧਨਾ, ਹੁਣ ਗੁਰੂ ਨਾਨਕ ਚੇਤੇ ਆਏ। ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ। ਕਰਮਾਂ ਵਾਲਿਓ, ਐਸੀ ਆਸ਼ਕੀ ਹੋਵੇ ਗੁਰੂ ਨਾਨਕ ਦੇ ਨਾਲ, ਖਾਲੀ ਮਤਲਬ ਕਰਕੇ ਨਹੀਂ, ਮਤਲਬ ਕਰਕੇ ਨਹੀਂ। ਮੈਨੂੰ ਕੋਈ ਗੁਰਮੁਖ ਪਿਆਰੇ ਇੱਥੇ ਮਿਲੇ ਜੀ, ਚੰਗੀ ਉਹ ਭਜਨ ਕਰਨ ਵਾਲੀ ਰੂਹ, ਉਹਨਾਂ ਨੇ ਦੱਸਿਆ ਮੈਨੂੰ ਆਪ ਦੀ ਗੱਲ, ਕਹਿੰਦੇ ਜੀ ਕਰਮਾਂ ਬੱਧੀ ਕਰਕੇ ਕੋਈ ਸੰਕਟ ਬਹੁਤ ਵੱਡਾ ਆ ਗਿਆ। ਤੁਹਾਨੂੰ ਸੁਣਦੇ ਸੀ ਕਿ ਗੁਰੂ ਨਾਨਕ ਨੂੰ ਧਿਆਓ, ਬਾਣੀ ਪੜ੍ਹੋ, ਸਿਮਰਨ ਕਰੋ, ਲੜੀਆਂ ਰੱਖੋ। ਕਹਿੰਦੇ ਕਿੰਨਾ ਚਿਰ ਬਾਣੀ ਪੜ੍ਹਦੇ ਰਹੇ, ਕਿੰਨਾ ਚਿਰ ਲੜੀਆਂ ਰੱਖਦੇ ਰਹੇ, ਕਿੰਨਾ ਚਿਰ ਨੇਮ ਵੀ ਲਿਆ, ਬਾਣੀ ਵੀ ਪੜ੍ਹੀ, ਸਿਮਰਨ ਵੀ ਕੀਤਾ, ਸਭ ਕੁਝ। ਕਹਿੰਦੇ ਉਹ ਸੰਕਟ ਨਹੀਂ ਪਿਆ। ਕਹਿੰਦੇ ਹਾਰ ਕੇ, ਕਹਿੰਦੇ ਜਦੋਂ ਮੈਂ ਹਾਰ ਗਿਆ ਨਾ, ਉਦੋਂ ਕਹਿੰਦੇ ਮੇਰਾ ਵਿਸ਼ਵਾਸ ਟੁੱਟ ਗਿਆ ਗੁਰੂ ਨਾਨਕ 'ਤੇ। ਆਖੋ ਸਤਨਾਮ, ਵਿਸ਼ਵਾਸ ਟੁੱਟ ਗਿਆ। ਬੋਲਿਓ ਨਹੀਂ, ਇੰਨੀ ਬਾਣੀ ਪੜ੍ਹੀ, ਬੋਲਿਓ ਨਹੀਂ। ਮੈਂ ਕਿਹਾ ਫਿਰ? ਕਹਿੰਦੇ ਫਿਰ ਕੁਝ ਚਿਰ ਸਭ ਕੁਝ ਬੰਦ ਕਰ, ਨਹੀਂ ਪੜ੍ਹਨੀ ਬਾਣੀ, ਨਹੀਂ ਕਰਨਾ ਸਿਮਰਨ, ਨਹੀਂ ਰੱਖਣੀਆਂ ਲੜੀਆਂ, ਐਵੇਂ ਬਕਵਾਸ ਗੱਲਾਂ ਨੇ, ਆਹ ਹੈ ਉਹ ਹੈ। ਜੇ ਹੁੰਦੇ ਗੁਰੂ ਨਾਨਕ ਮੇਰੇ ਨਾਲ ਬੋੜਦੇ, ਆ ਜੀ ਉਹ ਜੀ ਉਹ ਜੀ। ਮੈਂ ਕਿਹਾ ਫਿਰ? ਕਹਿੰਦੇ ਕੀ ਕਰਾਂ, ਗੁਰੂ ਨਾਨਕ ਗੁਰੂ ਨਾਨਕ ਕਰਦੇ ਰਹੇ ਹਾਂ, ਕਿਤੇ ਤਾਂ ਗੁਰੂ ਨਾਨਕ ਅੰਦਰ ਬੈਠਾ ਸੀ ਨਾ। ਆਖੋ ਸਾਧਨਾ, ਗੁਰੂ ਨਾਨਕ ਗੁਰੂ ਨਾਨਕ ਕਰਦੇ ਰਹੇ, ਹੁਣ ਜਿੰਨਾ ਇੰਨਾ ਗੁਰੂ ਨਾਨਕ ਕਰੀ ਜਾਂਦਾ, ਉਹ ਕਿਤੇ ਤਾਂ ਬੈਠਾ ਹੈ ਨਾ। ਕਹਿੰਦੇ ਜੀ ਕਿਤੇ ਬੈਠਾ ਸੀ, ਉਹ ਚੈਨ ਹੀ ਨਾ ਲੈਣ ਦੇਵੇ। ਕਹਿੰਦੇ ਇੱਕ ਦਿਨ ਮੈਂ ਅੰਮ੍ਰਿਤ ਵੇਲੇ ਉੱਠਿਆ, ਸੁਖਮਨੀ ਸਾਹਿਬ ਦਾ ਪਾਠ ਕਰਦਾ ਪਿਆ, ਅੱਖਾਂ 'ਚ ਅਥਰੂ ਨਿਕਲੀ ਜਾਣ। ਮਹਾਰਾਜ ਮੈਂ ਕੀ ਗੁਨਾਹ, ਬਾਣੀ ਉਹਦੇ ਨਾਲ ਵਰਤਦੀ, ਉਹਦੇ ਕਹਿੰਦੇ ਕਿੰਨੀਆਂ ਹੱਡ ਬੀਤੀਆਂ, ਮੇਰਾ ਨਾਂ ਲੈ ਕੇ ਉਹਨੇ, ਕਹਿੰਦੇ ਵੀਰ ਜੀ ਵੱਲੋਂ ਕਿੰਨੀਆਂ ਹੱਡ ਬੀਤੀਆਂ ਸੁਣੀਆਂ, ਬਈ ਉੱਧਰ ਬਾਣੀ ਵਰਤੀ, ਉੱਧਰ ਗੁਰੂ ਨਾਨਕ ਵਰਤੇ, ਉੱਧਰ ਕਹਿੰਦੇ ਮੇਰੇ ਨਾਲ ਕਿਉਂ ਨਹੀਂ। ਨਾਲ ਨਾਲ ਕਹਿੰਦੇ ਮੈਂ ਰੋਈ ਜਾਵਾਂ, ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ, ਨਾਲ ਨਾਲ ਮੈਂ ਗੁਰੂ ਨਾਨਕ ਨਾਲ ਗੱਲਾਂ ਕਰ ਰਿਹਾ, ਧਿਆਨ ਨਾਲ ਸੁਣਨਾ, ਮੇਰੇ ਨਾਲ ਕਿਉਂ ਨਹੀਂ। ਪਹਿਲੇ ਸਭ ਕੁਝ ਛੱਡਤਾ, ਹੁਣ ਕਿਤੇ ਤਾਂ ਅੰਦਰ ਸਾਧ ਸੰਗਤ ਬੈਠਾ ਹੁੰਦਾ ਨਾ। ਉਹਨੇ ਪ੍ਰੇਰਨਾ ਦਿੱਤੀ ਸੁਖਮਨੀ ਸਾਹਿਬ, ਫਿਰ ਗੁਟਕਾ ਹੱਥ 'ਚ ਆ ਗਿਆ, ਮੇਰੇ ਨਾਲ ਕਿਉਂ ਨਹੀਂ। ਅਤੇ ਅੰਦਰੋਂ ਹੀ ਕਹਿੰਦਾ, ਮੇਰੇ ਅੰਦਰੋਂ ਹੀ ਇੱਕ ਆਵਾਜ਼, ਕਹਿੰਦੇ ਮੈਂ ਖੁਦ ਸੁਣੀ ਉਹ ਆਵਾਜ਼, ਕਹਿੰਦੇ ਮੈਂ ਉਹ ਆਵਾਜ਼ ਵੀਰ ਜੀ ਮੈਂ ਖੁਦ ਸੁਣੀ, ਕਹਿੰਦੇ ਅੰਦਰੋਂ ਹੀ ਆਵਾਜ਼ ਮੇਰੇ ਆਈ, ਕਹਿੰਦੇ ਤੂੰ ਗੁਰੂ ਨਾਨਕ ਨਾਲ ਵਪਾਰ ਕੀਤਾ, ਕਿਧਰੇ ਪਿਆਰ ਕਰ ਲੈਂਦਾ, ਗੱਲ ਬਣ ਜਾਂਦੀ ਆ। ਆਖੋ ਸਤਨਾਮ,
ਵਪਾਰ ਕੀਤਾ ਤੇ ਜੇ ਅਗਲਾ ਖਰਾ ਨਹੀਂ ਉਤਰਿਆ ਮੰਨ ਲਓ ਲੈ ਬਈ ਵਪਾਰ ਡੀਲ ਟੁੱਟ ਗਈ। ਆਖੋ ਸਤਨਾਮ, ਆਪਾਂ ਵਪਾਰ ਕਰਦੇ ਹਾਂ, ਵਪਾਰ ਕਰਦੇ ਹਾਂ, ਪਿਆਰ ਥੋੜੀ ਨਾ, ਪਿਆਰ ਥੋੜੀ ਨਾ। ਜਿਹਦੇ ਨਾਲ ਪਿਆਰ ਹੁੰਦਾ ਉਹਦੇ ਬੋਲ ਕਬੋਲ ਵੀ ਬੰਦਾ ਸਹਿਣ ਕਰ ਲੈਂਦਾ, ਆਖੋ ਸਤਨਾਮ, ਉਹਦੀਆਂ ਮਾਰਾਂ ਵੀ ਸਹਿਣ ਕਰ ਲੈਂਦਾ, ਉਹਦੀ ਵਧੀਕੀਆਂ ਵੀ ਸਹਿਣ ਕਰ ਲੈਂਦਾ। ਕਿਉਂ? ਪਿਆਰ ਜੋ ਹੋਇਆ, ਪਿਆਰ ਜੋ ਹੋਇਆ। ਉਹ ਨਹੀਂ ਵੀ ਕਿਤੇ ਸਾਧ ਸੰਗਤ ਖੜਦਾ, ਕੋਈ ਨਹੀਂ ਮੇਰਾ ਪਿਆਰਾ ਹੈ, ਕੋਈ ਤੇ ਜੇ ਕਿਤੇ ਥੋੜਾ ਜਿਹਾ ਮਹਾਰਾਜ ਨੇ ਸੇਕ ਲਾ ਤਾ ਜਾਂ ਥੋੜਾ ਜਿਹਾ ਸਾਧ ਸੰਗਤ ਲੇਟ ਕਰ ਦਿੱਤਾ, ਮੈਂ ਤਾਂ ਮੰਨਾਂਗਾ ਜੇ ਮੇਰੇ ਨਾਲ ਵਰਤਣ। ਉਹਨੂੰ ਕੀ ਲੋੜ ਪਈ ਹੈ ਮਨਾਉਣ ਦੀ ਜੀ, ਉਹਨੂੰ ਕੀ ਲੋੜ ਪਈ ਹੈ ਮਨਾਉਣ ਦੀ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰੀ ਦੁਨੀਆ ਮਿਲ ਕੇ ਵਾਹਿਗੁਰੂ ਵਾਹਿਗੁਰੂ, ਅਗਰ ਵਾਹਿਗੁਰੂ ਜੀ ਨੂੰ ਵੱਡਾ ਕਹਿਣਾ ਸ਼ੁਰੂ ਕਰ ਦੇ, ਗੁਰੂ ਨਾਨਕ ਨੂੰ ਵੱਡਾ, ਉਹ ਸਾਡੇ ਕਹੇ ਤੇ ਵੱਡਾ ਨਹੀਂ ਹੋ ਜਾਣਾ। ਉਹ ਅਜ਼ੀਮ ਸ਼ਕਤੀ ਹੈ, ਉਹ ਵੱਡੇ ਨੇ ਤੇ ਵੱਡੇ ਹੀ ਨੇ। ਸਾਰੀ ਦੁਨੀਆ ਮਿਲ ਕੇ ਨਿੰਦਿਆ ਕਰਨ ਲੱਗ ਜੇ, ਮਾੜਾ ਕਹਿਣ ਲੱਗ ਜੇ, ਉਹ ਅਜ਼ੀਮ ਸ਼ਕਤੀ ਹੈ ਸਾਧ ਸੰਗਤ ਜੀ, ਉਹਨੇ ਘੱਟ ਨਹੀਂ ਜਾਣਾ, ਉਹਦੀ ਅਜ਼ੀਮ ਸ਼ਕਤੀ ਘੱਟ ਨਹੀਂ ਜਾਣੀ ਸਾਡੇ ਬੋਲਿਆਂ ਦੇ ਨਾਲ। ਅਸੀਂ ਬਾਣੀ ਦੇ ਨਾਲ ਜੁੜਾਂਗੇ ਤੇ ਭੱਲਾ ਸਾਡਾ ਹੈ, ਅਸੀਂ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਾਂਗੇ ਤੇ ਭੱਲਾ ਸਾਡਾ ਹੈ, ਅਸੀਂ ਨਹੀਂ ਜੁੜਾਂਗੇ ਤੇ ਸਾਧ ਸੰਗਤ ਮਾੜਾ ਸਾਡਾ ਹੈ, ਗੁਰੂ ਨਾਨਕ ਦਾ ਕੁਝ ਨਹੀਂ ਜਾਣਾ ਜੀ। ਆਖੋ ਸਤਨਾਮ, ਕੁਝ ਨਹੀਂ ਜਾਣਾ। ਕਹਿੰਦੇ ਅੰਦਰੋਂ ਆਵਾਜ਼ ਆਈ, ਕਹਿੰਦੇ ਗੁਰੂ ਨਾਨਕ ਨਾਲ ਵਪਾਰ ਕੀਤਾ ਤੂੰ, ਐਡਾ ਜਿਹੜਾ ਦਾਵਾ ਕਰਦਾ ਪਿਆ ਕਿ ਕਿਉਂ ਨਹੀਂ ਬੋਲਿਓ, ਕਿਉਂ ਨਹੀਂ ਬੋਲਿਓ, ਮੇਰੇ ਨਾਲ ਕਿਉਂ ਨਹੀਂ, ਮੇਰੇ ਨਾਲ ਕਿਉਂ ਨਹੀਂ ਬੋਲਿਓ। ਕਹਿੰਦੇ ਮੇਰੇ ਅੰਦਰੋਂ, ਕਹਿੰਦੇ ਮੈਂ ਸੁਣੀ ਆਵਾਜ਼, ਕਹਿੰਦੇ ਵਪਾਰ ਕੀਤਾ ਤੂੰ, ਪਿਆਰ ਥੋੜੀ ਨਾ ਕੀਤਾ, ਪਿਆਰ ਥੋੜੀ ਨਾ ਕੀਤਾ। ਕਹਿੰਦੇ ਵੀਰ ਜੀ ਬਸ ਮੈਂ ਮੰਗ ਮੰਗਣੀ ਬੰਦ ਕਰਤੀ, ਮੈਨੂੰ ਦੱਸਿਆ ਗੁਰਮੁਖ ਨੇ, ਕਹਿੰਦੇ ਮੈਂ ਮੰਗ ਮੰਗਣੀ ਬੰਦ ਕਰਤੀ ਮਹਾਰਾਜ, ਹੁਣ ਤੇਰੀ ਬਾਣੀ ਪੜਾਂਗਾ ਤੇਰੇ ਪਿਆਰ ਕਰਕੇ। ਆਖੋ ਸਤਨਾਮ, ਹੁਣ ਤੈਨੂੰ ਧਿਆਵਾਂਗਾ ਤੇਰੇ ਪਿਆਰ ਕਰਕੇ, ਹੁਣ ਪਦਾਰਥਾਂ ਪਿੱਛੇ ਨਹੀਂ, ਹੁਣ ਸਵਾਰਥ ਪਿੱਛੇ ਨਹੀਂ, ਹੁਣ ਵਪਾਰ ਪਿੱਛੇ ਨਹੀਂ ਕਿ ਮੈਂ ਇੰਨਾ ਜਾਪ ਇੰਨੀਆਂ ਲੜੀਆਂ ਰੱਖਾਂਗਾ ਤੇ ਮੇਰਾ ਆਹ ਕੰਮ ਕਰਦੇ, ਨਹੀਂ ਮਾਲਕਾ ਕਰਨਾ ਹੋਇਆ ਕਰੀ, ਨਾ ਕਰਨਾ ਨਾ ਕਰੀ। ਕਹਿੰਦੇ ਹੁਣ ਮੈਂ ਤੇਰਾ ਤੂੰ ਮੇਰਾ। ਆਖੋ ਸਤਨਾਮ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਇਹ ਬਚਨ ਸੁਣਾ ਰਿਹਾ ਤੁਹਾਨੂੰ, ਮੈਂ ਕਿਹਾ ਫੇਰ? ਕਹਿੰਦਾ ਵੀਰ ਜੀ ਬਸ, ਮਹਾਰਾਜ ਨੂੰ ਸਿੱਧਾ ਕਹਿਤਾ, ਮਹਾਰਾਜ ਬੋੜਨਾ ਬੋੜ ਜਾਇਓ, ਨਹੀਂ ਬੋੜਨਾ, ਮੈਂ ਰਹਿ ਹੀ ਨਹੀਂ ਸਕਦਾ ਤੁਹਾਡੇ ਬਿਨਾਂ। ਛੱਡ ਕੇ ਦੇਖ ਲਿਆ ਕੂਆਂ ਪਿਆਸੇ ਕੋਲ ਕਿ ਪਿਆਸਾ ਕੂਏ ਕੋਲ। ਆਖੋ ਸਤਨਾਮ, ਹੈਂਜੀ, ਹਮੇਸ਼ਾ ਪਿਆਸਾ ਹੀ ਕੂਏ ਕੋਲ ਜਾਂਦਾ, ਕੂਆਂ ਨਹੀਂ ਆਉਂਦਾ ਪਿਆਸੇ। ਕਹਿੰਦੇ ਮੈਂ ਛੱਡ ਕੇ ਦੇਖ ਲਿਆ, ਭਟਕ ਕੇ ਵੇਖ ਲਿਆ, ਦੁੱਖ ਹੀ ਮਿਲਿਆ ਮੈਨੂੰ, ਕਲਪਨਾ ਹੀ ਮਿਲੀ ਮਹਾਰਾਜ, ਨਹੀਂ ਕਰਨਾ ਨਾ ਸਹੀ ਕੰਮ। ਕਹਿੰਦੇ ਮੈਂ ਤਾਂ ਪਿਆਰ ਤੇਰੇ ਨਾਲ ਕਰਾਂ, ਮੈਂ ਨਹੀਂ ਛੱਡਦਾ ਅੰਮ੍ਰਿਤ ਵੇਲਾ, ਮੈਂ ਨਹੀਂ ਛੱਡਦਾ ਬਾਣੀ ਮਹਾਰਾਜ, ਹੁਣ ਬਾਣੀ ਪੜਾਂਗਾ ਪ੍ਰੇਮ ਕਰਕੇ, ਹੁਣ ਲੜੀਆਂ ਰੱਖਾਂਗਾ ਪ੍ਰੇਮ ਕਰਕੇ, ਹੁਣ ਅੰਮ੍ਰਿਤ ਵੇਲਾ ਜਾਗਾਂਗਾ ਪ੍ਰੇਮ ਕਰਕੇ, ਹੁਣ ਤੈਨੂੰ ਧਿਆਵਾਂਗਾ ਪ੍ਰੇਮ ਕਰਕੇ, ਹੁਣ ਵਪਾਰ ਨਹੀਂ, ਹੁਣ ਤੇਰੇ ਨਾਲ ਪਿਆਰ ਕਰਾਂਗਾ। ਆਖੋ ਸਤਨਾਮ, ਹਾਲੇ ਸੋਨਿਆ ਸੋਨਿਆ।
ਨੂੰ ਪੁੱਛਿਆ ਫਿਰ ਕਹਿੰਦਿਆਂ ਕਹਿੰਦਿਆਂ ਨੂੰ ਅੱਖਾਂ ਭਰ ਆਈਆਂ ਸਤਸੰਗਤ, ਕਹਿੰਦੇ ਫਿਰ ਕੀ ਸੀ? ਹਫ਼ਤੇ ਬਾਅਦ ਹੀ ਮੇਰੇ ਕੰਮ ਹੋਣੇ ਸ਼ੁਰੂ ਹੋ ਗਏ, ਆਖੋ ਸਤਨਾਮ। ਹਫ਼ਤੇ ਬਾਅਦ ਹੀ ਕਹਿੰਦੇ ਮੇਰੇ ਕੰਮ ਹੋਣੇ ਸ਼ੁਰੂ ਹੋ ਗਏ। ਕਹਿੰਦੇ ਯਾਰ ਨੂੰ ਯਾਰ ਦੀ ਫਿਕਰ ਹੁੰਦੀ ਹੈ, ਆਖੋ ਸਤਨਾਮ। ਯਾਰ ਨੂੰ ਯਾਰ ਦੀ ਫਿਕਰ ਹੁੰਦੀ ਹੈ, ਜਿੱਥੇ ਵਪਾਰ ਹੁੰਦਾ ਉੱਥੇ ਵਪਾਰਕ ਸੋਚ ਹੁੰਦੀ। ਕਈ ਵਾਰੀ ਆਪਾਂ ਬੰਦਾ ਕਹਿੰਦਾ ਨਾ, ਕਹਿੰਦੇ ਯਾਰ ਵਪਾਰ ਆਪਣੀ ਥਾਂ ਤੇ ਪਿਆਰ ਆਪਣੀ ਥਾਂ ਤੇ, ਆਪਾਂ ਕਹਿੰਦੇ ਵਪਾਰ 'ਚ ਕੋਈ ਲਿਹਾਜ਼ ਨਹੀਂ ਹੁੰਦਾ। ਯਾਰ ਯਾਰ ਵੀ ਜਦੋਂ ਵਪਾਰ ਵਿੱਚ ਆ ਜਾਂਦੇ ਨੇ, ਵਪਾਰ 'ਚ ਕੋਈ ਲਿਹਾਜ਼ ਨਹੀਂ, ਫਿਰ ਬੰਦਾ ਕਹਿ ਦਿੰਦਾ ਯਾਰ ਪਿਆਰ ਆਪਣੀ ਥਾਂ 'ਤੇ, ਵਪਾਰ ਆਪਣੀ ਥਾਂ 'ਤੇ। ਵਪਾਰ ਕੋਰਾ ਮਨ ਹੈ, ਉੱਥੇ ਸਤਸੰਗਤ ਕੋਈ ਕਰੇ ਕੋਈ ਨਾ ਕਰੇ ਉਹਦੀ ਮਰਜ਼ੀ ਹੈ, ਪਰ ਪਿਆਰ 'ਚ ਤਾਂ ਕਰਨਾ ਹੀ ਪਏਗਾ, ਪਿਆਰ 'ਚ ਤਾਂ ਉਤਰਨਾ ਹੀ ਪਏਗਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਫਿਰ? ਕਹਿੰਦੇ ਫਿਰ ਕੀ? ਕਹਿੰਦੇ ਯਾਰ ਨੂੰ ਯਾਰ ਦੀ ਫਿਕਰ ਪੈ ਗਈ, ਹਫ਼ਤੇ ਵਿੱਚ ਹੀ ਕਹਿੰਦੇ ਮੇਰੇ ਕੰਮ ਹੋਣੇ ਸ਼ੁਰੂ ਹੋ ਗਿਆ, ਕੋ ਸਤਨਾਮ। ਹਫ਼ਤੇ ਵਿੱਚ ਕਹਿੰਦੇ ਵਾਹ ਉਹ ਗੁਰੂ ਨਾਨਕ, ਵਿੱਚ ਵਪਾਰ ਲਿਆਂਦਾ ਕੰਮ ਨਹੀਂ ਹੋਇਆ, ਵਿੱਚ ਪਿਆਰ ਲਿਆਂਦਾ, ਦੇਖੋ ਗੱਲ ਬਣ ਗਈ, ਆਖੋ ਸਤਨਾਮ। ਹੈ ਜੀ ਉਹ ਕਰਮਾਂ ਵਾਲਿਓ, ਗੱਲ ਬਣੇ ਗੱਲ ਨਾ ਬਣੇ, ਕਰਮਾਂ ਬੱਧੀ ਹੈ, ਗੱਲ ਬਣੇ ਗੱਲ ਨਾ ਬਣੇ, ਪਰ ਇਹ ਨਹੀਂ ਕਿ ਆਪਣੇ ਮਾਹੀ ਤੋਂ ਟੁੱਟ ਜਾਈਏ, ਆਪਣੇ ਮਾਹੀ ਤੋਂ ਟੁੱਟ ਜਾਈਏ, ਆਪਣੇ ਮਾਹੀ ਤੋਂ ਮੁੱਖ ਮੋੜ ਲਈਏ, ਨਹੀਂ ਨਹੀਂ ਹੋ ਸਕਦਾ। ਸਰੀਰ ਤੁਹਾਨੂੰ ਬਹੁਤ ਤਕਲੀਫ ਦਿੰਦਾ, ਕਈ ਵਾਰੀ ਸਰੀਰ ਬਹੁਤ ਤਕਲੀਫ, ਕਿ ਆਪਾਂ ਸਰੀਰ ਨੂੰ ਤਿਆਗ ਦਿੰਦੇ ਹਾਂ, ਛੱਡ ਦਿਆਂਗੇ ਸਰੀਰ ਨੂੰ? ਹੱਥ ਕਈ ਵਾਰੀ ਬਹੁਤ ਤਕਲੀਫ ਦਿੰਦਾ, ਹੱਥ ਨੂੰ ਕੱਟ ਦਿਆਂਗੇ? ਪੈਰ ਕਈ ਵਾਰੀ ਬਹੁਤ ਤਕਲੀਫ ਦਿੰਦਾ, ਸਤਸੰਗ ਜੀ ਨਹੀਂ ਸਾਥ ਦਿੰਦਾ ਪੈਰ ਕਈ ਵਾਰੀ, ਤੇ ਕੀ ਪੈਰ ਕੱਟ ਕੇ ਪਾਸੇ ਕਰ ਦਿਆਂਗੇ? ਨਹੀਂ ਨਹੀਂ ਨਹੀਂ, ਗੱਲ ਬਣੇ ਨਾ ਬਣੇ, ਓਏ ਉਹ ਮੇਰਾ ਯਾਰ ਹੈ, ਉਹਦੇ ਨਾਲ ਮੇਰਾ ਪਿਆਰ ਹੈ। ਸਤਸੰਗ ਜੀ ਬਸ ਪਿਆਰ ਕਰਕੇ ਤੁਰੀ ਚੱਲਿਓ, ਪਿਆਰ ਕਰਕੇ ਤੁਰੀ ਚੱਲਿਓ। ਯਕੀਨ ਜਾਣਨਾ, ਤੁਹਾਨੂੰ ਜਿੰਨੀ ਤੁਹਾਡੀ ਫਿਕਰ ਹੈ ਨਾ, ਧਿਆਨ ਨਾਲ ਸੁਣਿਆ ਲਫ਼ਜ਼, ਤੁਹਾਨੂੰ ਜਿੰਨੀ ਤੁਹਾਡੀ ਆਪਣੀ ਫਿਕਰ ਹੈ, ਉਸ ਤੋਂ ਵੱਧ ਫਿਕਰ ਤੁਹਾਨੂੰ ਤੁਹਾਡੇ ਯਾਰ ਦੀ ਹੋਏਗੀ। ਆਖੋ ਸਤਨਾਮ। ਤੁਹਾਡੀ ਫਿਕਰ ਹੋਏਗੀ ਤੁਹਾਡੇ ਯਾਰ ਨੂੰ। ਬਾਬਾ ਜੀ ਪੜ੍ਹਾਇਆ ਕਰਦੇ ਸਨ ਤਾਤਰ ਬਾਬਾ ਨਾਨਕ ਸਿੰਘ ਜੀ, ਗੁਰੂ ਨਾਨਕ ਯਾਰ ਗਰੀਬਾਂ ਦਾ। ਆਖੋ ਸਤਨਾਮ। ਕੋਈ ਗਰੀਬ ਬਣ ਕੇ ਆਵੇ ਤਾਂ ਸਹੀ, ਕੋਈ ਢਹਿ ਕੇ ਆਵੇ ਤਾਂ ਸਹੀ, ਗੁਰੂ ਨਾਨਕ ਯਾਰ ਗਰੀਬਾਂ ਦਾ। ਪਤਾ ਗਰੀਬਾਂ ਦਾ ਯਾਰ ਹੈ, ਢਹਿ ਕੇ ਆ ਗਿਆ। ਗੁਰੂ ਨਾਨਕ ਕਹਿੰਦੇ ਤੈਨੂੰ ਹਰ ਥਾਂ ਤੇ ਰੱਖਾਂਗਾ, ਹਰ ਥਾਂ ਤੇ। ਤੇ ਕਹਿਣਾ ਬਣਦਾ ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ। ਇੰਨਾ ਸਮਰਪਿਤ ਹੋਈਏ ਗੁਰੂ ਨਾਨਕ ਨੂੰ, ਇੰਨਾ ਸਮਰਪਿਤ ਹੋਈਏ, ਇੰਨਾ ਸਮਰਪਿਤ ਹੋਈਏ ਸਤਸੰਗਤ, ਕਿ ਭਾਵੇਂ ਦੁੱਖ ਤੇ ਭਾਵੇਂ ਸੁੱਖ, ਜੇ ਸੁੱਖ ਦੇ ਆ ਪੰਕਤੀ ਸਾਡੇ ਹਿਰਦੇ 'ਚ ਵਸ ਜਾਵੇ, ਇਹ ਪੰਕਤੀ ਵਿੱਚ ਆਪਾਂ ਢਲੀਏ, ਜੇ ਸੁੱਖ ਦੇ ਤਾਂ ਤੁਝੇ ਇਰਾਦੇ, ਜੇ ਸੁੱਖ ਹੈ ਤਾਂ ਵੀ ਦੇ ਰਹੀ ਹਾਂ, ਦੁੱਖ ਵੀ ਤੁਝੇ। ਨਾ ਦੁੱਖ ਵਿੱਚ ਮੈਂ ਬਾਹਰ ਜਾਵਾਂਗਾ, ਨਾ ਸੁੱਖ ਵਿੱਚ ਮੈਂ ਬਾਹਰ ਜਾਵਾਂਗਾ, ਦੁੱਖ ਹੈ ਤਾਂ ਵੀ ਤੇਰੇ ਚੌਖਟ 'ਚ, ਸੁੱਖ ਹੈ ਤਾਂ ਵੀ ਤੇਰੇ ਚੌਖਟ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮੰਗ। ਯਾਰਾ ਤੇਰੇ ਪਿਆਰ 'ਚ ਬੈਠਾ,
ਆਪੇ ਹੁਣ ਸਾਂਭ ਆਖੋ ਸਤਨਾਮ। ਔਰ ਯਕੀਨ ਜਾਣਨਾ ਜਿਹੜਾ ਗੁਰੂ ਨਾਨਕ ਦੇ ਪਿਆਰ 'ਚ ਬਹਿ ਗਿਆ, ਸੱਚ ਜੇ ਮੰਨ ਲਿਓ ਗੱਲ ਨੂੰ, ਜਿਹੜਾ ਗੁਰੂ ਨਾਨਕ ਦੇ ਪਿਆਰ 'ਚ ਬਹਿ ਗਿਆ, ਵਪਾਰ 'ਚ ਨਹੀਂ, ਮੈਂ ਫਿਰ ਕਹਿ ਰਿਹਾ ਵਪਾਰ 'ਚ ਨਹੀਂ, ਗੁਰੂ ਨਾਨਕ ਦੇ ਪਿਆਰ 'ਚ ਬਹਿ ਗਿਆ, ਹਰ ਥਾਂ 'ਤੇ ਗੁਰੂ ਨਾਨਕ ਤੁਹਾਡੀ ਬੋੜੀ ਕਰਨਗੇ, ਕਿਤੇ ਨਹੀਂ ਪਿੱਠ ਲੱਗਣ ਦੇਣਗੇ, ਔਰ ਸੱਚ ਜੇ ਬਿਨਾਂ ਮੰਗੇ ਤੋਂ ਤੁਹਾਡੀਆਂ ਝੋਲੀਆਂ ਭਰਨਗੇ। ਆਖੋ ਸਤਨਾਮ।